ओके सारे सत्कारयोग साथियों जय भीम जय भारत जय गुरुदेव धन गुरुदेव साथियों थोड़े नाल लाइव होए हैं थानू एक गल की बधाई देनी है और नाल थोड़ा सारे का धन्यवाद करना है क्योंकि अज का जोड़ा अंदोलन से वो इस गल आप रखिया कि जेडे 13 अप्रैल का फगवाड़ा गोलीकांड संविधान चौंक में लैके होया जिदे चार जड़े दोषी आ वो पहला अरेस्ट किए 15 अप्रैल नूं और जड़े दो दोषी साढ़े जदों असी कहा सी वी असी भुख हड़ताल ते बैठांगे जे दोषियों नूं गिरफ्तार ना किया 28 मई नूं तां 27 तरीक नूं एक दोषी गिरफ्तार किया 2-3 दिन बाद दूजा किया लेकिन सानूं पता लगा सी बई पिछले महीने की 26 तरीक नूं अज तो 5-6 दिन पहला सानूं पता लगा कि उन्हां ਨੂੰ ਜਿਹੜਾ ਗ੍ਰਿਫਤਾਰ ਕੀਤਾ ਉਹਨਾਂ ਤੇ ਬਹੁਤ ਮਾਮੂਲੀ ਧਰਾਵਾਂ ਲਾਈਆਂ ਇੱਕ ਸਾਜ਼ਿਸ਼ ਕੀਤੀ ਸੀ ਕਿ ਇਹਨਾਂ ਨੂੰ ਜਲਦੀ ਹੀ ਜਿਹੜੀ ਇਹਨਾਂ ਦੀ ਜ਼ਮਾਨਤ ਮਿਲ ਜਾਵੇ ਔਰ ਅਸੀਂ ਉਸ ਸੰਬੰਧੀ ਪ੍ਰਸ਼ਾਸਨ ਨੂੰ ਮਿਲੇ ਸੀ ਪ੍ਰਸ਼ਾਸਨ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਸੀ ਦਿੱਤਾ ਔਰ ਇਹਦੇ ਕਰਕੇ ਅਸੀਂ ਅੱਜ ਇਹ ਅੰਦੋਲਨ ਰੱਖਿਆ ਸੀ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਨੇ ਨਿਹੱਥੇ ਦਲਤਾਂ ਦੇ ਉੱਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਦੁਬਾਰਾ 302-307 ਦੇ ਵਿੱਚ ਗ੍ਰਿਫਤਾਰ ਨਾ ਕੀਤਾ ਕਿਉਂਕਿ 4 ਨੂੰ ਕੀਤਾ ਸੀ 2 ਨੂੰ ਨਹੀਂ ਸੀ ਕੀਤਾ ਉਹਨਾਂ ਨੂੰ ਦੁਬਾਰਾ 302-307 ਦੇ ਵਿੱਚ ਜੁਰਮ ਵਾਧਾ ਕਰਕੇ ਗ੍ਰਿਫਤਾਰੀ ਨਾ ਕੀਤੀ ਤਾਂ ਫਿਰ ਪੁਲਿਸ ਦੀ ਮਨਸ਼ਾ ਜਿਹੜੀ ਆ ਉਹਨਾਂ ਨੂੰ ਬਾਹਰ ਕੱਢਣ ਦੀ ਆ ਅਤੇ ਜੇ ਉਹਨਾਂ ਨੂੰ ਬਾਹਰ ਕੱਢਣ ਦੀ ਇਹਨਾਂ ਦੀ ਮਨਸ਼ਾ 'ਤੇ ਫਿਰ ਅਸੀਂ ਗ੍ਰਿਫਤਾਰੀਆਂ ਦੇ ਦੇਵਾਂਗੇ ਫਿਰ ਸਾਨੂੰ ਪੁਲਿਸ ਅੰਦਰ ਕਰ ਤੋ ਅੱਜ ਦਾ ਜਿਹੜਾ ਇਹ ਅੰਦੋਲਨ ਸੀ ਜੀ ਇਹਦੇ ਵਿੱਚ ਜਿੰਨੇ ਵੀ ਤੁਸੀਂ ਸਾਥੀ ਸਾਡੇ ਵੀਰ ਬਜ਼ੁਰਗ ਮਾਤਾਵਾਂ ਭੈਣਾਂ ਪਹੁੰਚੀਆਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਹਾਡੀ ਏਕਤਾ ਨੂੰ ਸਲਾਮ ਹੈ ਕਿ ਤੁਸੀਂ ਅੱਜ ਸਿਰਫ ਇੱਕ ਦਿਨ ਦੀ ਅਸੀਂ ਮੈਸੇਜ ਲਗਾਇਆ ਸੀ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਔਰ ਜਾਂ ਫੋਨ 'ਤੇ ਬੈਠ ਕੇ ਅਸੀਂ ਮੈਸੇਜ ਲਗਾਇਆ ਸੀ ਔਰ ਅਸੀਂ ਕਿਸੇ ਦੇ ਨਾਲ ਮੀਟਿੰਗ ਕਰਨੀ ਗਏ ਪਰ ਤੁਹਾਡਾ ਭਾਰੀ ਇਕੱਠ ਹੋਇਆ ਔਰ ਬਹੁਤ ਸਾਰੇ ਸਾਥੀਆਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਕਈ ਮੁਹੱਲਿਆਂ ਦੇ ਵਿੱਚ ਸਾਨੂੰ ਇਦਾਂ ਦੇ ਸੁਨੇਹੇ ਆਏ ਵੀ ਇੱਕ ਮੁਹੱਲੇ ਦੇ ਵਿੱਚ ਸਾਡੇ ਸਮਾਜ ਦੇ ਕੁਝ ਲੋਕਾਂ ਨੇ ਜਿਹੜਾ ਉਹ ਇਹ ਐਲਾਨ ਕੀਤਾ ਵੀ ਕਿਸੇ ਡੇਰੇ ਦੇ ਉੱਤੇ ਸੰਗਤ ਲੈ ਕੇ ਜਾਣੀ ਆ ਅਤੇ ਉਹਨਾਂ ਨੇ ਲਿਆ ਕੇ ਗੱਡੀ ਖੜੀ ਕਰ ਦਿੱਤੀ ਅਤੇ ਵੀ ਡੇਰੇ ਨੂੰ ਸੰਗਤ ਜਾਣੀ ਹੈਗੀ ਆ ਅੱਜ ਉਹ ਫ੍ਰੀ ਜਿਹੜੀ ਸੇਵਾ ਹੈਗੀ ਆ ਤਾਂ ਉਸ ਕਈ ਲੋਕ ਜਿਹੜੇ ਉਸ ਮੁਹੱਲੇ 'ਚੋਂ ਵੀ ਗੈਦਰਿੰਗ ਨਾ ਹੋ ਜਾਵੇ ਉੱਥੋਂ ਸੰਗਤ ਨੂੰ ਲੈ ਗਿਆ ਇੱਕ ਮੁਹੱਲੇ ਦੇ ਵਿੱਚ ਸਵੇਰੇ ਕੁਝ ਸ਼ਰਾਰਤੀਆਂ ਵੱਲੋਂ ਵੀ ਲੋਕ ਜਿਹੜੇ ਹੈਗੇ ਆ ਉਹ ਸਾਡੇ ਅੱਜ ਦੇ ਪ੍ਰੋਗਰਾਮ 'ਚ ਪਹਿਲਾਂ ਕੱਲ੍ਹ ਤਿਆਰ ਸੀਗੇ ਅੱਜ ਉੱਥੇ ਇਹ ਐਲਾਨ ਕਰਵਾਤਾ ਵੀ ਇੱਥੇ ਕਣਕ ਵੰਡਣ ਆਉਣਾ ਵੀ ਤੁਸੀਂ ਕਣਕ ਦੀ ਗੱਡੀ ਕਿਸੇ ਵੇਲੇ ਵੀ ਆ ਸਕਦੀ ਹੈ ਇਸ ਕਰਕੇ ਕਿਸੇ ਪਾਸੇ ਜਾਇਓ ਨਾ ਤੋ ਮਤਲਬ ਇੱਦਾਂ ਦੇ ਅੜਿੱਕੇ ਡਾਣ ਦੀ ਵੀ ਕੋਸ਼ਿਸ਼ ਕੀਤੀ ਬਈ ਲੋਕ ਜਿਹੜੇ ਘੱਟ ਬੰਦਰ ਪਰ ਫਿਰ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਔਰ ਜਦੋਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤਾਂ ਇਸ ਗੱਲ ਤੋਂ ਪ੍ਰਸ਼ਾਸਨ ਜਿਹੜਾ ਆ ਉਹ ਚੁਕੰਨਾ ਹੋਇਆ ਪ੍ਰਸ਼ਾਸਨ ਜਿਹੜਾ ਆ ਉਹਨੇ ਤੁਹਾਡੀ ਇਸ ਗੱਲ ਨੂੰ ਇਸ ਡਿਮਾਂਡ ਨੂੰ ਇਸ ਮੰਗ ਨੂੰ ਮੰਨਿਆ ਔਰ ਉਹਨਾਂ ਦੀ ਅੱਜ ਜਿਹੜੀ ਗ੍ਰਿਫਤਾਰੀ ਹੈ ਜਿਹੜੇ ਦੋ ਸੁਸ਼ੀਲ ਟਿੰਕਾ ਔਰ ਸਨੀ ਬੱਤਾ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਜੁਰਮ ਵਾਧਾ ਕਰਕੇ ਦੁਬਾਰਾ ਕੋਰਟ ਦੇ ਵਿੱਚ ਅੱਜ ਪੇਸ਼ ਕਰਕੇ ਉਹਨਾਂ ਨੂੰ ਫਿਰ ਜੇਲ੍ਹ ਭੇਜਿਆ ਇਹ ਤੁਹਾਡੇ ਅੱਜ ਦੇ ਇਸ ਅੰਦੋਲਨ ਦੀ ਜਿੱਤ ਆ ਔਰ ਮੈਂ ਇਸ ਗੱਲ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਨਾਲ ਹੀ ਇਹ ਆਸ ਉਮੀਦ ਵੀ ਕਰਦਾ ਕਿ ਇਹ ਜਿਹੜਾ ਅੰਦੋਲਨ ਹੈ ਅੰਦੋਲਨ ਕਦੀ ਖਤਮ ਨਹੀਂ ਹੁੰਦੇ ਸਮਾਜ ਦੇ ਉੱਤੇ ਜ਼ਬਰ ਜ਼ੁਲਮ ਦੇ ਖਿਲਾਫ਼ ਜਿਹੜੀ ਲੜਾਈ ਹੈ ਉਹ ਜਾਰੀ ਰਹੇਗੀ ਅੰਦੋਲਨ ਜਾਰੀ ਰਹੇਗਾ ਤੁਹਾਡਾ ਸਾਰਿਆਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇ ਸਟੈਪ ਬਾਈ ਸਟੈਪ ਕਿਉਂਕਿ ਆਪਾਂ ਜਿਸ ਅੰਦੋਲਨ ਦੇ ਵਿੱਚ ਹਾਂ ਇਹਦੇ ਵਿੱਚ ਧੀਰੇ ਧੀਰੇ ਹੌਲੀ ਹੌਲੀ ਜਿਹੜਾ ਹੈ ਆਪਾਂ ਅੱਗੇ ਵਧਣਾ ਹੈ ਉਸ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਹ ਆਸ ਉਮੀਦ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੁਸ਼ਮਣ ਦੇ ਗੁੰਮਰਾਹਪੂਰਨ ਪ੍ਰਚਾਰ ਤੋਂ ਬਚ ਕੇ ਇੱਕ ਸਿਰਫ ਆਪਣੇ ਟਾਰਗੇਟ ਵੱਲ ਸਾਡੇ ਸੁਨੇਹੇ ਵੱਲ ਹੀ ਧਿਆਨ ਦਿਓਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ।